بسم اللہ الرحمن الرحیم اسی آج آئے ہیں جی راجہ پلہ یہی نا جی اس پنڈ دا جی راجہ پلہ ٹھیک ہے میرے نال نے سہیل احمد پٹی واسے رانا رانا سمان سانوں ایک مشرقی پنجاب چوں ایک سردار صاحب سن انہوں نے والد دا نام سی امر سنگھ ورک تے دادے دا نام سی حاکم سنگھ ورک تے انہوں نے سانوں کیا سی کہ ساڈا پنڈ بہاؤ تے ساڈے پنڈ جاؤ ਅਤੇ ਅਸੀਂ ਉਹਨਾਂ ਦੇ ਕਹਿਣ 'ਤੇ ਇੱਥੇ ਆਏ ਹਾਂ ਜੀ ਅਤੇ ਉਹਨਾਂ ਨੇ ਸਾਨੂੰ ਆਪਣੇ ਬਜ਼ੁਰਗਾਂ ਦੇ ਨਾਮ ਵੀ ਲਿਖਾਏ ਸਨ ਅਸੀਂ ਉਹ ਨਾਮ ਹੀ ਕੁਛ ਵੇਹਨੇ ਹਾਂ ਜੀ ਜਿਹਦੇ 'ਚ ਤੁਹਾਨੂੰ ਦੱਸ ਰਹੇ ਹਾਂ ਕਿ ਇਸ ਪਿੰਡ 'ਚ ਸਰਦਾਰ ਜਿਹੜੇ ਰਹਿੰਦੇ ਸਨ ਉਹਨਾਂ ਦੇ ਨਾਮ ਉਹਨਾਂ ਨੇ ਸਾਨੂੰ ਭੇਜੇ ਨੇ ਵਿਰਕ ਸਾਹਿਬ ਨੇ ਹਾਕਮ ਸਿੰਘ ਵਿਰਕ ਜੀ ਇਹ ਰਾਜੇ ਭੁੱਲੇ ਦੇ ਰਹਿਣ ਵਾਲੇ ਫੌਜ 'ਚ ਹੁੰਦੇ ਹਨ ਇਹਨਾਂ ਦੇ ਚਾਰ ਬੇਟੇ ਨੇ ਅਮਰ ਸਿੰਘ ਸਰਦਾਰ ਸਿੰਘ ਹੀਰਾ ਸਿੰਘ ਅਤੇ ਕਰਤਾਰ ਸਿੰਘ ਇਹ ਜਿਨ੍ਹਾਂ ਨੇ ਸਾਨੂੰ ਕਿਹਾ ਉਹਨਾਂ ਦੇ ਵਾਲਦ ਦਾ ਨਾਂ ਹੈ ਅਮਰ ਸਿੰਘ ਅਤੇ ਬਾਕੀ ਉਹਨਾਂ ਦੇ ਚਾਚੇ ਨੇ ਸਰਦਾਰ ਸਿੰਘ ਹੀਰਾ ਸਿੰਘ ਅਤੇ ਕਰਤਾਰ ਸਿੰਘ ਇੱਕ ਅਰਜਨ ਸਿੰਘ ਨੇ ਉਹਨਾਂ ਦੇ ਚਾਰ ਬੇਟੇ ਨੇ ਮੱਖਣ ਸਿੰਘ ਕੇਸਰ ਸਿੰਘ ਹਾਕਮ ਸਿੰਘ ਹਜ਼ਾਰਾ ਸਿੰਘ ਰਾਵਲ ਸਿੰਘ ਇੰਦਰ ਸਿੰਘ ਸੰਘਾੜਾ ਸਿੰਘ ਅਤੇ ਅਮਰਪ੍ਰੀਤ ਸਿੰਘ ਪਰਮਹਿੰਦਰ ਸਿੰਘ ਅਤੇ ਮਨਸ਼ੋਸ਼ ਕੁਮਾਰ ਇਹ ਨੇ ਜੀ ਉਹਨਾਂ ਨੇ ਸਾਨੂੰ ਕਾਗਜ਼ ਭੇਜਿਆ ਸੀ ਅਤੇ ਨਾਲ ਉਹ ਇਹ ਗੱਲ ਆਉਂਦੇ ਸਨ ਕਿ ਸਾਡੇ ਪਿੰਡ ਦੇ ਸਿਰਫ ਮੇਰੇ ਵਾਲਿਦ ਸਾਹਿਬ ਹਿਜਰਤ ਤੋਂ ਬਾਅਦ ਚੜ੍ਹਦੇ ਪੰਜਾਬ ਪਹੁੰਚ ਸਕੇ ਨੇ ਅਤੇ ਸਾਡੇ ਪਿੰਡ ਦੇ ਜਾਂ ਸਾਡੇ ਖਾਨਦਾਨ ਦਾ ਕੋਈ ਬੰਦਾ ਹਿਜਰਤ ਤੋਂ ਬਾਅਦ ਚੜ੍ਹਦੇ ਪੰਜਾਬ 'ਚ ਨਹੀਂ ਪਹੁੰਚ ਸਕਿਆ ਉਹ ਅਸੀਂ ਉਹਨਾਂ ਦੀ ਖਾਹਿਸ਼ 'ਤੇ ਇੱਥੇ ਆਏ ਹਾਂ ਅਤੇ ਇੱਥੇ ਸਾਡੇ ਕੋਲ ਭਾਈਰੀ ਨੇ ਮੁਹੰਮਦ ਇਕਬਾਲ ਸਾਹਿਬ ਬੜੇ ਨੰਬਰਦਾਰ ਨੇ ਅਤੇ ਉਂਝ ਵੀ ਸਿਆਣੇ ਨੇ ਅਤੇ ਇਹਨਾਂ ਕੋਲੋਂ ਕੋਈ ਪੁੱਛਦੇ ਹਾਂ ਕਿ ਉਹ ਲੋਕ ਇੱਥੇ ਜਦੋਂ ਰਹਿੰਦੇ ਸਨ ਉਹ ਕਿਸ ਤਰ੍ਹਾਂ ਰਹਿੰਦੇ ਸਨ ਅਤੇ ਕਿਵੇਂ ਉਹਨਾਂ ਦੀ ਵਰਤੋਂ ਸੀ ਇਹਨਾਂ ਦੀ ਉਮਰ ਤਾਂ ਬਹੁਤ ਛੋਟੀ ਸੀ ਲੇਕਿਨ ਇਹਨਾਂ ਆਪਣੇ ਬਜ਼ੁਰਗਾਂ ਕੋਲੋਂ ਸੁਣਿਆ ਅਸੀਂ ਬੜੀ ਤਲਾਸ਼ ਕੀਤੀ ਸਾਨੂੰ ਇਸ ਪਿੰਡ 'ਚ ਕੋਈ ਵੱਡੀ ਉਮਰ ਦਾ ਬੰਦਾ ਨਹੀਂ ਮਿਲ ਸਕਿਆ ਅਤੇ ਚਲੋ ਇਹਨਾਂ ਨਾਲ ਗੱਲ ਕਰ ਰਹੇ ਹਾਂ ਜੀ ਅਸਲਾਮ ਵਾਲੇਕੁਮ ਜੀ ਚੌਧਰੀ ਵਾਲੇਕੁਮ ਸਲਾਮ ਜੀ ਤੁਸੀਂ ਅੱਗੇ ਨਾਂ ਆਪਣਾ ਦੱਸਿਆ ਮੁਹੰਮਦ ਇਕਬਾਲ ਜੀ ਨੰਬਰਦਾਰ ਹੋ ਤੁਸੀਂ ਅਤੇ ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਂ ਸੀ ਚੌਧਰੀ ਗੁਲਾਮ ਮੁਹੰਮਦ ਅੱਛਾ ਨੰਬਰਦਾਰ ਨੰਬਰਦਾਰ ਠੀਕ ਇਹ ਪਿੰਡ ਜਿਹੜਾ ਰਾਜਾ ਭੁੱਲਾ ਜੀ ਇਹਦਾ ਜ਼ਿਲ੍ਹਾ ਕਿਹੜਾ ਜੀ ਗੁਜਰਾਲਾ ਜੀ ਅੱਛਾ ਅਤੇ ਤਹਿਸੀਲ ਜੀ ਤਹਿਸੀਲ ਵੀ ਉਹ ਤਾਂ ਗੁਜਰਾਲਾ ਹੁਣ ਕਾਮੋ ਕੀ ਆ ਗਈ ਹੁਣ ਕਾਮੋ ਕੀ ਹੋ ਗਈ ਅਤੇ ਨੰਬਰਦਾਰ ਸਾਹਿਬ ਇਹਦੇ ਨਾਲ ਨਾਲ ਜਿਹੜੇ ਪਿੰਡ ਨੇ ਗੁਆਂਢੀ ਪਿੰਡ ਇਹਦੇ ਗੁਆਂਢੀ ਪਿੰਡ ਨਾਲ ਨੇ ਖੰਘੂੜਾ ਪਿੰਡ ਹੈ ਅੱਛਾ ਜੀ ਅਤੇ ਨਾਲ ਕੋਲ ਦੀ ਹੈ ਗੁਲ ਮੁਹੰਮਦ ਦੀ ਅੱਛਾ ਦੱਖਣ ਪਾਸੇ ਅਤੇ ਪਹਾੜ ਪਾਸੇ ਮਾੜੀ ਠਾਕਰਾਂ ਦੀ ਏ ਜੀ ਜੀ ਅਤੇ ਵਿਚਕਾਰ ਸਾਡਾ ਪਿੰਡ ਏ ਅੱਛਾ ਅੱਛਾ ਇਹਨਾਂ ਤਰੋਂ ਪਿੰਡਾਂ ਦੇ ਅਤੇ ਕਾਮੋਕਿਆਂ ਦੇ ਵਿਚਲੇ ਸਨ ਸਾਡਾ ਪਿੰਡ ਏ ਇਹ ਤੁਹਾਡਾ ਪਿੰਡ ਕਾਮੋਕੀ ਤੋਂ ਲਾਂਦੇ ਹੋਇਆ ਨਾ ਲਾਂਦੇ 2 ਮੀਲ 2 ਮੀਲ ਜੀ ਅਤੇ ਉਹਦੀ ਨਹਿਰ ਤੁਹਾਡੇ ਲਾਂਦੇ ਹੋ ਲੰਘਦੀ ਉਹ ਕਿੰਨੀ ਕੁ ਉਹ ਇੱਕ ਮੀਲ ਵੀ ਨਹੀਂ ਥੋੜ੍ਹਾ ਨੰਬਰਦਾਰ ਸਾਹਿਬ ਪਾਕਿਸਤਾਨ ਬਣਨ ਤੋਂ ਪਹਿਲਾਂ ਇਸ ਪਿੰਡ 'ਚ ਵਿਰਕ ਸਿੱਖ ਵੀ ਰਹਿੰਦੇ ਸਨ ਹਾਂਜੀ ਅਤੇ ਮੁਸਲਮਾਨ ਵਿਰਕ ਵੀ ਸਨ ਬਿਲਕੁਲ ਜੀ ਦੂਜੇ ਚੌਹਾਨ ਸਿੱਖ ਵੀ ਰਹਿੰਦੇ ਸਨ ਚੌਹਾਨ ਵੀ ਸਨ ਹਾਂ ਅੱਛਾ ਅੱਛਾ ਚੌਹਾਨ ਬਰਾਦਰੀ ਜੱਟਾਂ ਦੀ ਹੈ ਹਾਂਜੀ ਉਹਦੇ 'ਚੋਂ ਵੀ ਸਿੱਖ ਹੈ ਸਰ ਹੈ ਸਰ ਕੀ ਨਾਂ ਸੀ ਉਹਨਾਂ ਕਿਸੇ ਉਹਨਾਂ ਦਾ ਨਾਂ ਸੀ ਹੀਰਾ ਸਿੰਘ ਅੱਛਾ ਅਤੇ ਸੋਹਣੀ ਸਿੰਘ ਲਾਭ ਸਿੰਘ ਉਹ ਸਾਡੀ ਬਰਾਦਰੀ ਦੇ ਸਨ ਤੁਹਾਡੀ ਬਰਾਦਰੀ ਤੁਹਾਨੂੰ ਨੇੜੇ ਹੋਣੇ ਹਾਂਜੀ ਅੱਛਾ 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 ਇਹ ਤਾਂ ਹੋ ਗਏ ਚੌਹਾਨਾਂ 'ਚੋਂ ਚੌਹਾਨਾਂ 'ਚੋਂ ਅਤੇ ਵਿਰਕਾਂ 'ਚੋਂ ਵਿਰਕਾਂ ਦੇ ਵਿੱਚੋਂ ਉਹ ਦੂਸਰੇ ਜਿਨ੍ਹਾਂ ਦਾ ਨਾਂ ਤੁਹਾਨੂੰ ਲਿਆ ਹਾਕਮ ਸਿੰਘ ਹਾਕਮ ਸਿੰਘ ਉਹ ਨੇ ਉਹਨਾਂ ਵਿਰਕਾਂ ਦੇ ਵਿੱਚੋਂ ਅੱਛਾ ਅੱਛਾ ਉਹਨਾਂ ਦੇ ਵਿੱਚੋਂ ਇੱਕ ਅਰੂੜਾ ਰਹਿ ਗਿਆ ਸੀ ਅਰੂੜਾ ਉਹਦਾ ਨਾਂ ਸੀ ਜੀ ਜੀ ਅਤੇ ਮੁਸਲਮਾਨ ਹੋ ਗਿਆ ਅਰੂੜਾ ਸਿੰਘ ਅੱਛਾ ਅੱਛਾ ਉਹ ਰਹਿ ਗਿਆ ਸੀ ਉਹਦੇ 3 ਪੁੱਤਰ ਸਨ ਅੱਛਾ ਉਹ ਤਿੰਨੇ ਹੀ ਇੱਥੋਂ ਹੁਣ ਜ਼ਮੀਨ ਵੇਚ ਕੇ ਆਪ ਸੰਭਾ ਤੁਰ ਗਏ ਨੇ ਕਿਹੜੇ ਪਿੰਡ ਅਤੇ ਦੂਸਰਾ ਆਪਣਾ ਖਰਲ ਦਾ ਚੱਕ ਖਰਲ ਦੇ ਚੱਕ ਚਲੇ ਗਏ ਨੇ ਅਰੂੜਾ ਸਿੰਘ ਦੇ ਪੁੱਤਰ ਪੁੱਤਰ ਅਰੂੜਾ ਸਿੰਘ ਵਿਰਕਾਂ 'ਚੋਂ ਸੀ ਵਿਰਕਾਂ ਦੇ ਵਿੱਚੋਂ ਸੀ ਇੱਥੇ ਕਦੇ ਆਉਣ ਜਾਣਾ ਆਇਆ ਉਹਨਾਂ ਦਾ ਆਇਆ ਹੀ ਨਹੀਂ ਅੱਛਾ ਇਹ ਕਦੋਂ ਦੇ ਗਏ ਨੇ ਇਹਨਾਂ ਨੂੰ ਤਕਰੀਬਨ ਹੋ ਗਏ ਨੇ ਕੋਈ 30-35 ਸਾਲ ਹੋ ਗਏ ਨੇ
ਤੁਸੀਂ ਅਰੋੜਾ ਸਿੰਘ ਵੇਖਿਆ? ਹਾਂਜੀ ਤੁਸੀਂ ਵੇਖਿਆ ਅਰੋੜਾ ਸਿੰਘ ਥੋੜਾ ਜਿਹਾ ਵੇਖਿਆ। ਅੱਛਾ ਅੱਛਾ, ਇਹ ਗੱਲ ਤੁਹਾਨੂੰ ਆਪਣੇ ਬਜ਼ੁਰਗਾਂ ਕੋਲ ਸੁਣੀ ਹੋਵੇ। ਹਾਂਜੀ, ਕਿ ਅਰੋੜਾ ਸਿੰਘ ਕਿਵੇਂ ਮੁਸਲਮਾਨ ਹੋ ਗਿਆ? ਉਹ ਮੁਸਲਮਾਨ ਜਦੋਂ ਇਹਤੋਂ ਹਲਾਜੁੱਲਾ ਹੋਇਆ ਸੀ ਜੀ, ਇਸ ਤੋਂ ਪਹਿਲਾਂ 4-5 ਸਾਲ ਪਹਿਲਾਂ ਮੁਸਲਮਾਨ ਹੋ ਗਿਆ ਸੀ ਅਰੋੜਾ ਸਿੰਘ। ਠੀਕ 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 ਠੀਕ, ਉਦੋਂ ਉਹਦੀ ਸ਼ਾਦੀ ਨਹੀਂ ਸੀ ਹੋਈ ਅਰੋੜਾ ਸਿੰਘ ਜਦੋਂ ਮੁਸਲਮਾਨ ਹੋਇਆ? ਹਾਂਜੀ, ਬਾਅਦ ਫਿਰ ਉਹਦੀ ਬਾਅਦ ਸ਼ਾਦੀ ਹੋਈ। ਉਹ ਫਿਰ ਵਿਆਹਿਆ ਕਿੱਥੇ ਸੀ? ਉਹ ਵਿਆਹਿਆ ਸੀ ਜੀ ਨਸ਼ੌਰੇ ਵਿਰਕਾਂ ਦੇ ਸ਼ਹਿਰ 'ਚ। ਹਾਂ, ਸ਼ਹਿਰ ਦੇ ਵਿੱਚ। ਅੱਛਾ, ਠੀਕ 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 ਠੀਕ। ਅਤੇ ਇਹ ਅਰੋੜਾ ਸਿੰਘ ਜਿਹੜਾ, ਇਹ ਨੰਬਰਦਾਰ ਸਾਹਿਬ, ਇਹਦੇ ਕੋ ਭਰਾਵਾਂ ਭਰੂਵਾਂ ਦੇ ਨਾਵਾਂ ਦਾ ਵੀ ਪਤਾ ਤੁਹਾਨੂੰ? ਨਹੀਂ ਜੀ, ਸਾਨੂੰ ਤਾਂ ਉਹ ਰੂੜੇ ਦਾ ਹੀ ਪਤਾ ਹੈ। ਅੱਛਾ ਅੱਛਾ, ਉਹਦੇ ਭਰਾ ਹੋਣ ਦੇ, ਬਾਕੀ ਸਾਨੂੰ ਨਹੀਂ ਪਤਾ ਉਹਨਾਂ ਦਾ। ਅੱਛਾ ਅੱਛਾ, ਅਸੀਂ ਗੱਲ ਗਲਤ ਨਹੀਂ ਕਰਦੇ। ਠੀਕ ਗੱਲ ਹੈ। ਅਤੇ ਇਹਦਾ ਅਰੋੜਾ ਸਿੰਘ ਦਾ ਖੂਹ ਕਿਹੜਾ ਸੀ, ਵਾਹੀ ਕਿੱਥੇ ਕਰਦਾ ਸੀ? ਇਹਨਾਂ ਦਾ ਖੂਹ ਇਹ ਸੂਏ ਦੇ ਨਾਲ ਪਰਲੇ ਪਾਸੇ ਸੀ। ਅੱਛਾ ਅੱਛਾ, ਨਾੜ ਦੇ ਅਤੇ ਸੂਏ ਦੇ ਵਿਚਲੇ ਸਨ ਇਹਨਾਂ ਦਾ ਖੂਹ ਸੀ। ਅੱਛਾ ਅੱਛਾ ਅੱਛਾ, ਅਰੋੜਾ ਸਿੰਘ। ਹਾਂ, ਇੱਥੇ ਜ਼ਮੀਨ ਵੇਚ ਕੇ ਗਏ, ਹੁਣ ਟੁਰ ਗਏ ਨੇ ਖਰਲਾਂ ਦੇ ਚੱਕ। ਹਾਂ, ਅੱਛਾ 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 ਅੱਛਾ, ਵੇਖੋ ਨਾ ਬਾਦ ਸ਼ਾਮ, ਤੁਹਾਨੂੰ ਗੱਲ ਯਾਦ ਆ ਗਈ ਜੀ। ਆ ਜਾਓ ਭਾਈ ਜੀ, ਇੱਥੇ ਆ ਜਾਓ, ਇੱਥੇ ਆ ਜਾਓ, ਇੱਥੇ ਆ ਜਾਓ, ਇੱਥੇ ਆ ਜਾਓ ਨੰਬਰਦਾਰ ਜੀ, ਇੱਥੇ ਆ ਜਾਓ। ਦੋ ਤੁਹਾਨੂੰ ਗੱਲ ਯਾਦ, ਵੇਖ ਲਓ, ਬੜੀ ਵਧੀਆ ਆ ਗਈ। ਅੱਛਾ, ਇਹ ਵਿਰਕ ਜਿਹੜੇ ਨੇ, ਹਾਂਜੀ, ਚੌਹਾਨ ਅਤੇ ਵਿਰਕ ਜੱਟ ਇੱਥੇ ਪਾਕਿਸਤਾਨ ਬਣਨ ਤੋਂ ਪਹਿਲਾਂ ਰਹਿੰਦੇ ਪਹਿਲਾਂ, ਅਤੇ ਨੰਬਰਦਾਰ ਕਿੰਨੇ ਸਰ ਜੀ? ਇੱਕੋ ਹੀ ਨੰਬਰਦਾਰ ਸਾਡਾ ਜੀ। ਉਹਨਾਂ 'ਚੋਂ ਕੋਈ ਨਹੀਂ ਨੰਬਰਦਾਰ ਸਿੱਖਾਂ 'ਚੋਂ? ਨਹੀਂ ਨਹੀਂ। ਉਹ ਉਹਨਾਂ ਦਾ ਸਿੱਖਾਂ ਦੇ ਵਿੱਚ ਜਿਹੜਾ ਨੰਬਰਦਾਰ ਸੀ, ਉਹ ਹੁਣ ਆ ਗਈ ਮਾਜਰਾ ਦੇ ਵਿੱਚ ਨੰਬਰਦਾਰੀ। ਅੱਛਾ ਅੱਛਾ, ਜੱਟਾਂ ਦੀ ਜੱਟਾਂ ਦੇ ਕੋਲ ਹੀ ਜੀ ਜੀ ਜੀ, ਸਿੱਖਾਂ ਦੀ ਮਾਜਰਾ ਦੇ ਕੋਲ ਆ ਗਈ ਜੀ। ਉਹਦਾ ਸਿੱਖਾਂ ਦੇ ਵਿੱਚੋਂ ਨੰਬਰਦਾਰ ਸੀ, ਉਹਦਾ ਕੋਈ ਨਾਂ ਸੁਣਿਆ? ਹੀਰਾ ਸਿੰਘ। ਹੀਰਾ ਸਿੰਘ, ਅੱਛਾ ਹੀਰਾ ਸਿੰਘ, ਤੁਸੀਂ ਦੱਸ ਦਿਓ ਕਿ ਉਹ ਨੰਬਰਦਾਰ ਸੀ ਸਿੱਖਾਂ 'ਚੋਂ, ਵਿਰਕ ਸੀ। ਹਾਂ, ਵਿਰਕ ਸੀ। ਉਹਦਾ ਤੁਸੀਂ ਘਰ ਵੀ ਦੱਸਦੇ ਹੋ ਪਿਆ ਵੀ ਬੜੀ ਵੱਡੀ ਹਵੇਲੀ ਹੁੰਦੀ ਸੀ। ਹਾਂਜੀ, ਵੇਖੀ। ਹਾਂਜੀ, ਤੁਹਾਨੂੰ ਮੈਂ ਵਿਖਾਇਆ ਸੀ ਉਹ ਮਕਾਨ ਅਤੇ ਹਵੇਲੀ ਉਹਨਾਂ ਦੀ ਜਿੱਥੇ ਸੀ, ਇਸ ਜਗ੍ਹਾ ਤੋਂ ਦੋਵੇਂ ਤੁਹਾਨੂੰ ਵਿਖਾਈਆਂ ਸਨ। ਅੱਛਾ, ਅਤੇ ਪਿੱਪਲ ਦੇ ਥੱਲੇ ਖੂਹੀ ਸੀ ਹੁੰਦੀ। ਅੱਛਾ, ਨਾਲ ਗੁਰਦੁਆਰਾ ਹੁੰਦਾ ਸੀ। ਅੱਛਾ ਅੱਛਾ ਅੱਛਾ, ਸਾਡੇ ਇੱਥੇ ਉਰਾਂ ਖੂਹੀ ਸੀ ਮੁਸਲਮਾਨਾਂ ਦੀ, ਇਹਨਾਂ ਦੀ ਪਿੱਪਲ ਥੱਲੇ ਹੁੰਦੀ। ਪਿੱਪਲ ਥੱਲੇ, ਠੀਕ ਠੀਕ। ਅਤੇ ਤੁਹਾਡੇ ਜਿਹੜੇ ਬਜ਼ੁਰਗ ਨੇ, ਉਹ ਤੁਹਾਨੂੰ ਦੱਸਦੇ ਸਨ ਕਿ ਜਦੋਂ ਤੁਸੀਂ ਅਤੇ ਉਹ ਇਕੱਠੇ ਇੱਥੇ ਰਹਿੰਦੇ ਸੋ, ਬਹੁਤ ਸਲੂਕ, ਕਿਵੇਂ ਸਲੂਕ, ਰਹਿਣ ਸਹਿਣ? ਬੜਾ ਸਲੂਕ ਸੀ, ਕੋਈ ਹੱਲਾ ਜੁੱਲਾ ਨਹੀਂ ਸੀ। ਇੱਕ ਤਾਂ ਹੀ ਆਪਣਾ ਬਹਿਣਾ, ਧੀਆਂ ਨੂੰ ਧੀਆਂ ਸਮਝਣੀਆਂ, ਬੜੀ ਇੱਜ਼ਤ ਕਰਦੇ ਸਨ ਧੀ ਭੈਣ ਦੀ। ਸਾਡੇ ਵਿੱਚ ਉਹ ਗੱਲਾਂ ਨੇ, ਦੁੱਖ ਵੈਰ ਕੋਈ ਨਹੀਂ ਸੀ ਇੱਥੇ। ਠੀਕ ਹੈ, ਪੁਰਅਮਨ ਪਿੰਡ ਸੀ। ਬਾ ਹੁਣ ਤੱਕ, ਹੁਣ ਤੱਕ ਬਾ ਅਮਨ ਦੁਆਲੇ ਚੁਆਲੇ ਪੁੱਛ ਸਕਦੇ ਹੋ, ਬਾ ਅਮਨ ਪਿੰਡ ਸਾਡਾ ਹੈ। ਅਤੇ ਨੰਬਰ ਪਿੰਡ ਇਹ ਵੇ ਜਿਹਦੇ ਵਿੱਚ ਕੋਈ ਦੁੱਖ ਵੈਰ ਨਹੀਂ, ਕੋਈ ਨਸ਼ਾ ਨਹੀਂ। ਇੱਕ ਥਾਂ ਖਾਂਦੇ ਨੇ, ਇੱਕ ਥਾਂ ਪੀਂਦੇ ਨੇ, ਇੱਕ ਥਾਂ ਬਹਿੰਦੇ ਨੇ। ਵਾਹ ਪਿੰਡ ਇਹ। ਇਹ ਜਿਹੜਾ ਦਰਬਾਰ ਸ਼ਰੀਫ ਹੈ ਤੁਹਾਡੇ ਇੱਥੇ, ਹਾਂਜੀ, ਇਹ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ? ਪਹਿਲਾਂ ਜੀ, ਪਹਿਲਾਂ ਢੇਰ ਪਹਿਲਾਂ। ਅੱਛਾ, ਲਾਮੋ ਆਇਆ ਸੀ। ਤੇ ਤੁਸੀਂ ਇਹ ਮੇਲਾ ਸ਼ੇਲਾ ਇੱਥੇ ਹੁੰਦਾ? ਹਾਂਜੀ, ਮੇਲਾ ਹੁੰਦਾ ਜੀ ਪਹਿਲੀ ਸੌਣ ਦੀ। ਅੱਛਾ, ਜੁਮੇ ਰਾਤ। ਪਾਕਿਸਤਾਨ ਬਣਨ ਤੋਂ ਪਹਿਲਾਂ ਵੀ ਹੁੰਦਾ ਸੀ ਮੇਲਾ? ਪਾਕਿਸਤਾਨ ਪਹਿਲਾਂ ਬੜਾ ਮੇਲਾ। ਅੱਛਾ ਜੀ, ਸਿੱਖਾਂ ਦਾ ਮੁਸਲਮਾਨ ਰਲ ਕੇ ਕਰਦੇ ਸਨ। ਅੱਛਾ ਅੱਛਾ, ਕੌਡੀ ਛੋਡੀ ਹੁੰਦੀ ਸੀ? ਹਾਂਜੀ। ਅਤੇ ਤੁਸੀਂ ਅੱਗੇ ਦੱਸਿਆ ਕਿ ਇੱਕ ਸਰਦਾਰ ਸਾਹਿਬ ਦਾ ਨਾਂ ਤੁਹਾਨੂੰ ਦੱਸਿਆ ਕਿ ਉਹ ਸਾਡੇ ਨੇੜੇ ਵੀ ਸਨ। ਹਾਂਜੀ, ਹੀਰਾ ਸਿੰਘ। ਹੀਰਾ ਸਿੰਘ ਵਿਰਕ, ਹਾਂਜੀ, ਉਹ ਤੁਹਾਡੇ ਨੇੜੇ ਹੋਏ ਸਨ? ਚੌਹਾਨ, ਚੌਹਾਨ ਦੱਸਿਆ? ਚੌਹਾਨ, ਚੌਹਾਨ। ਇਹਦਾ ਹੀਰਾ ਸਿੰਘ ਦੋ ਸਨ ਇੱਥੇ? ਇੱਥੇ ਦੋ ਸਨ, ਇੱਕ ਵਿਰਕ ਅਤੇ ਇੱਕ ਚੌਹਾਨ। ਚੌਹਾਨ ਤਾਂ ਹੀ ਉਹ ਵੇਰਵਾ ਹੋਇਆ ਨਾ। ਹਾਂਜੀ, ਇੱਕ ਜਿਹੜਾ ਹੀਰਾ ਸਿੰਘ ਚੌਹਾਨ ਸੀ, ਹਾਂਜੀ, ਉਹਦੇ ਕੋਈ ਪੁੱਤਰਾਂ ਸ਼ੁੱਤਰਾਂ ਦੇ ਨਾਂ ਦਾ ਪਤਾ? ਉਹਨਾਂ ਦਾ ਇੱਕ ਸੋਹਣੀ ਸੀ। ਅੱਛਾ, ਇੱਕ ਲਾਭ ਸਿੰਘ ਸੀ। ਅੱਛਾ, ਅਤੇ ਇੱਕ ਛੀਨਾ ਸੀ। ਛੀਨਾ ਸੀ, ਇਹ ਇਹ ਉਹਨਾਂ ਦੇ ਬੇਟਿਆਂ ਦੇ ਨਾਂ? ਉਹਨਾਂ ਦੇ ਬੇਟਿਆਂ ਦੇ ਨਾਂ। ਅੱਛਾ 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 ਅੱਛਾ, ਉਹਨਾਂ ਇਹ ਜਿਹੜਾ ਚੋਈ ਸਾਹਿਬ ਨੰਬਰਦਾਰ ਸਾਹਿਬ ਜਦੋਂ ਇੱਥੇ ਸਿੱਖ ਇਕੱਠੇ ਰਹਿੰਦੇ ਸਨ, ਹਾਂਜੀ, ਅਤੇ ਇਹ ਜਿਹੜੀ ਵਸੋਂ ਸੀ, ਹਾਂਜੀ, ਉਹ ਵੱਖਰੇ ਵੱਖਰੇ ਮਹੱਲੇ ਸਨ ਕਿ ਇਕੱਠੇ ਇੱਕੋ ਥਾਂ ਹੀ ਰਹਿੰਦੇ, ਇੱਕੋ ਜਗ੍ਹਾ ਹੀ? ਨਹੀਂ, ਮਕਾਨ ਆਪੋ ਆਪਣੇ ਸਨ ਜੀ ਜੀ, ਚੌਂਤਰੇ ਸਨ ਵੱਡੇ ਵੱਡੇ ਹੁੰਦੇ। ਅੱਛਾ, ਇਹਨਾਂ ਦੇ ਚੌਂਤਰੇ ਲਹਿਦਾ, ਸਾਡੇ ਲਹਿਦਾ ਹੋਣੇ। ਅੱਛਾ, ਬਾਹਰ ਵਾਲੇ ਵੀ ਇੱਜ਼ਤ ਵਾਲੇ ਹੈ ਸਨ,
ਬਗੈਰ ਤਾਂ ਨਹੀਂ ਸਨ, ਧੀ ਨੂੰ ਧੀ ਸਮਝਣਾ, ਭੈਣ ਨੂੰ ਭੈਣ ਸਮਝਦੇ ਸਨ ਅਤੇ ਹੱਲਾ ਗੁੱਲਾ ਜਵਾਈ ਦੀ ਬੜੀ ਸੇਵਾ ਕਰਦੇ ਸਨ। ਅੱਛਾ, ਕੋਈ ਮਿਸਾਲ ਹੈ ਜਿਹੜੀ ਤੁਸੀਂ ਜਵਾਈ ਦੀ ਸੇਵਾ ਕਰਨ ਵਾਲੀ ਗੱਲ ਸੁਣਾਈ? ਉਹ ਸੇਵਾ ਦੀ ਇਹ ਗੱਲ ਹੈ ਕਿ ਸਾਡਾ ਪਿੰਡ ਦੇ ਵਿੱਚ ਕੋਈ ਵੀ ਜਵਾਈ ਬਾਹਰ ਆਉਂਦਾ ਸੀ ਨਾ, ਉਹ ਤੁਰਦਾ ਅਤੇ ਸਾਡੇ ਪਿੰਡ ਦਾ ਕੋਈ ਵੀ ਚੌਧਰੀ ਹੀਰਾ ਸਿੰਘ ਜਾਂ ਦੂਸਰਾ ਹੀਰਾ ਸਿੰਘ ਜਾਂ ਲਾਭ ਸਿੰਘ ਕੋਈ ਵੀ ਅੱਗੋਂ ਮਿਲ ਪੈਂਦਾ ਸੀ ਨਾ, ਉਹ ਆਪਣੀ ਘੋੜੀ ਉਹਨੂੰ ਦੇ ਦਿੰਦਾ ਸੀ। ਅੱਛਾ ਜੀ। ਉਹਨਾਂ ਦੇ ਪੁੱਤ ਤੂੰ ਘੋੜੀ 'ਤੇ ਬਹੁ, ਮੈਂ ਪੈਦਲ ਅਤੇ ਮੈਂ ਪੈਦਲ ਆ ਜਾਂਦਾ ਵਾਂ, ਇੰਨੀ ਕੋਈ ਇੱਜ਼ਤ ਕਰਦੇ। ਤੁਹਾਨੂੰ ਇਹ ਦੱਸੀ ਗੱਲ ਵੀ ਸਾਡੇ ਪਿੰਡ ਵਰਗੀ ਇੱਜ਼ਤ ਮਾਸ਼ਰਾ ਕਿਸੇ ਪਿੰਡ ਵਿਰਲੇ ਦਾ ਹੋਵੇਗਾ। ਸਾਡੇ ਪਿੰਡ ਦੇ ਵਿੱਚ ਅੱਜ ਤੱਕ ਕਤਲ ਨਹੀਂ ਕੋ ਹੋਇਆ। ਉਹ ਬੋਲੇ ਬੋਲੇ, ਬੜੀ ਗੱਲ, ਬੜੀ ਗੱਲ। ਅਤੇ ਨੰਬਰਦਾਰ ਸਾਹਿਬ, ਪਾਕਿਸਤਾਨ ਬਣਨ ਤੋਂ ਪਹਿਲਾਂ ਇਸ ਪਿੰਡ 'ਚ ਦਾਰਾ ਵੀ ਆਇਆ ਸੀ? ਦਾਰਾ ਸੀ ਅਤੇ ਇਹ ਸਮਝਣਾ ਜਿਹੜਾ ਗੁਰਦੁਆਰਾ ਨਾ ਜੀ, ਉਹਨੂੰ ਦਾਰਾ ਸਮਝਣਿਆ ਪਿਆ। ਅੱਛਾ ਅੱਛਾ। ਤਾਂ ਹੋਰ ਦਾਰਾ ਤਾਂ ਕੋਈ ਵੱਖਰਾ ਹੈ ਸੀ ਕੋਈ ਨਾ। ਅੱਛਾ ਅੱਛਾ। ਇਹਦੇ ਵਿੱਚ ਹੀ ਇਹਨਾਂ ਨੇ ਸਿੱਖ ਬਲਾਦਰੀ ਨੇ ਆਪਣਾ ਮਜ਼ਹਬ ਦਾ ਸਿਲਸਿਲਾ ਬਣਾਇਆ ਸੀ। ਉਂਝ ਬੰਦੇ ਪਰੇ ਪੰਚਾਇਤ ਜਦੋਂ ਪਿੰਡ ਦਾ ਇਕੱਠ ਹੋ ਜਾਂਦਾ ਉਹ ਫਿਰ ਉੱਥੇ ਹੀ ਹੁੰਦੀ ਸੀ, ਉੱਥੇ ਇਕੱਠੀ ਹੋ ਜਾਂਦੀ ਸੀ। ਅੱਛਾ, ਇੱਕ ਹੁੰਦਾ ਨਾ ਪਿੰਡਾਂ 'ਚ, ਪਿੰਡਾਂ 'ਚ ਦਨਾ ਲੋਕ ਹੁੰਦੇ ਨੇ, ਹਾਂਜੀ ਸਿਆਣੇ ਲੋਕ ਹੁੰਦੇ ਨੇ, ਹਾਂਜੀ ਉਹ ਬੜੀ ਦੇਰ ਮਸ਼ਹੂਰ ਵੀ ਰਹਿੰਦੇ ਨੇ ਆਪਣੀ ਦਨਾਈ ਅਤੇ ਪੁਰ ਅਮਨ ਹੋਣ ਦੀ ਵਜ੍ਹਾ ਤੋਂ, ਅਤੇ ਲੋਕਾਂ ਨੂੰ ਸਿਖਾਉਂਦੇ ਵੀ ਬੜੇ ਹੁੰਦੇ ਨੇ। ਉਹ ਸਿੱਖਾਂ ਅਤੇ ਮੁਸਲਮਾਨਾਂ 'ਚ ਕਿਹੜਾ ਕਿਹੜਾ ਬੰਦਾ ਸੀ? ਉਹ ਗੱਲ ਇਹ ਜੀ, ਜਿਹੜਾ ਇੱਕ ਉਲੀਆ ਹੈ ਨਾ ਅਤੇ ਦਨਾ, ਇਹਨਾਂ ਦਾ ਬੰਦਾ ਸਾਂਝਾ ਜੀ, ਇਹ ਇੰਜ ਕਰਕੇ ਇਕੱਠੇ ਨੇ ਜੀ ਜੀ, ਦਨਾ ਵੀ ਉਲੀਆ ਵੀ ਜੀ, ਜਿਹੜਾ ਇਬਾਦਤ ਖੋਰ ਬੰਦਾ ਹਾਂ, ਇਹਨਾਂ ਦਾ ਬੰਨਾ ਸਾਂਝਾ ਇਹਨਾਂ ਦਾ ਜੀ ਜੀ। ਇਹਦੇ ਵਿੱਚ ਸਾਡੇ ਪਿੰਡ ਜਿੱਥੇ ਹੁੰਦਾ ਸੀ ਮੌਲਵੀ ਇਮਾਮ ਮਸਜਿਦ ਹੁੰਦਾ ਸੀ, ਉਹ ਚਾਰ ਪੰਜ ਪਿੰਡ ਜਿਹੜੇ ਨੇ ਉਹਦੀ ਇੱਜ਼ਤ ਕਰਦੇ ਸਨ ਜੀ ਜੀ। ਅਗਰ ਕਿਤੇ ਕੋਈ ਝਗੜਾ ਵੀ ਹੋ ਜਾਂਦਾ ਸੀ ਨਾ ਜੀ, ਅਤੇ ਇਹ ਮੌਲਵੀ ਜਾਂਦਾ ਸੀ ਅਤੇ ਜਾ ਕੇ ਸੁਲਾ ਜਾ ਕੇ ਕਰਾ ਹੁੰਦਾ ਸੀ, ਇੰਨਾ ਕੁ ਇਹਦਾ ਇਤਰਾਮ ਸੀ ਇਹਦਾ। ਅੱਛਾ। ਜਿਹੜਾ ਇੱਥੋਂ ਹੀਰਾ ਸਿੰਘ ਸੀ ਜੀ, ਉਹ ਭਲਵਾਨ ਬੰਦਾ ਸੀ। ਅੱਛਾ। ਉਹ ਭਲਵਾਨ ਬੰਦਾ ਸੀ, ਉਹਦੀ ਵੀ ਕੋਈ ਨਹੀਂ ਸੀ ਮੋੜਦਾ ਹੁੰਦਾ, ਜਿਹੜੀ ਗੱਲ ਕਰਨ ਤਾਂ ਠੀਕ ਹੈ ਬਾਈ, ਬਹਿ ਜਾ ਬਾਈ ਤੂੰ। ਅੱਛਾ। ਤਾਂ ਕਿ ਸੁਰ ਸਵਾਦ ਇਸ ਜ਼ਬਾਨ ਦੇ ਨਾਲ ਚੰਗੀ ਗੱਲ ਸੀ। ਅਤੇ ਮੁਸਲਮਾਨਾਂ 'ਚ ਤੁਹਾਡੇ ਵਾਲਿਦ ਸਾਹਿਬ, ਸਾਡੇ ਵਾਲਿਦ ਦਾਦਾ ਜੀ, ਤੁਹਾਡੇ ਵਾਲਿਦ ਸਾਹਿਬ, ਸਾਡੇ ਦਾਦਾ ਜੀ ਸਰ ਮੱਖਣ ਸਾਹਿਬ, ਮੱਖਣ ਉਹਨਾਂ ਦਾ ਨਾਂ ਸੀ ਜੀ ਜੀ, ਉਹਨਾਂ ਦੀ ਇੱਜ਼ਤ ਹੁੰਦੀ ਸੀ ਜੀ ਜੀ, ਚਾਹੁੰਦੇ ਸਨ ਜੀ ਲੰਬੜਦਾਰ ਜੀ, ਅਤੇ ਉਹਨਾਂ ਦੋਵੇਂ ਬਹਿ ਕੇ ਆਪਣੇ ਕੰਮ ਮੁਕਾ ਜਾਂਦੇ। ਹੀਰਾ ਸਿੰਘ ਅਤੇ ਤੁਹਾਡੇ ਦਾਦਾ ਜੀ, ਤੁਹਾਡੇ ਦਾਦਾ ਜੀ ਹਾਂ ਮੱਖਣ ਸਿੰਘ, ਨਹੀਂ ਤੁਹਾਡੇ ਮੱਖਣ, ਮੱਖਣ ਉਹਨਾਂ ਦਾ ਨਾਂ ਸੀ ਮੱਖਣ। ਅਤੇ ਨੰਬਰਦਾਰ ਸਾਹਿਬ, ਪਾਕਿਸਤਾਨ ਬਣਨ ਤੋਂ ਪਹਿਲਾਂ ਇੱਥੇ ਇੱਕ ਤਾਂ ਬਿਰਕ ਜੱਟ ਹੋ ਗਏ ਅਤੇ ਚੌਹਾਨ ਜੱਟ ਹੋ ਗਏ, ਅਤੇ ਕੋਈ ਹੋਰ ਕੌਮਾਂ ਵੀ ਰਹਿੰਦੀਆਂ ਸਨ? ਨਹੀਂ ਨਹੀਂ, ਜਿਹੜੇ ਆ ਕੰਮਾਂ ਕਾਰਾਂ ਦੇ ਤਰਖਾਨ ਲੁਹਾਰ ਉਹ ਹੈ ਸਨ। ਅੱਛਾ ਜੀ। ਉਹ ਹੈ ਸਨ। ਅੱਛਾ ਅੱਛਾ। ਲੁਹਾਰ ਵੀ ਸਨ, ਤਰਖਾਨ ਵੀ ਸਨ। ਅੱਛਾ। ਮੋਚੀ ਵੀ ਸਨ। ਅੱਛਾ ਅੱਛਾ। ਤੁਹਾਡੇ ਪਿੰਡ ਇੱਥੋਂ ਦਾ ਗਿਆ ਸਿੱਖ ਸਰਦਾਰ ਨਹੀਂ ਕਦੀ ਕੋ ਆਇਆ? ਨਾ, ਪਰਤ ਕੇ ਨਹੀਂ ਆਇਆ ਕੋਈ। ਅੱਛਾ ਜੀ। ਜਦੋਂ ਦੇ ਇੱਥੋਂ ਗਏ ਨੇ, ਜਦੋਂ ਇੱਥੋਂ ਗਏ ਸਾਨੂੰ ਨਹੀਂ ਪਤਾ, ਸਾਡੇ ਵੱਡਿਆਂ ਵਡੇਰਿਆਂ ਨੇ ਇੱਥੋਂ ਵਿਦਿਆ ਕੀਤੇ ਨੇ। ਅੱਛਾ ਜੀ। ਅਤੇ ਆਹ ਜਿਹੜਾ ਕੰਮ ਹੋ ਕੇ ਦਾ ਰਸਤਾ ਹੈ ਜੀ, ਅੱਗੇ ਡੇਰਾ ਕਾਉਂਦਾ, ਉਹ ਡੇਰਾ ਲੰਘਾ ਕੇ ਇਹ ਆ ਗਿਆ ਸਾਨੂੰ। ਇਹ ਡੇਰਾ ਇਸੇ ਰੋਡ 'ਤੇ ਆਉਂਦਾ? ਇਸੇ ਰੋਡ ਦੇ ਉੱਤੇ ਆਉਂਦਾ ਹੈ। ਅੱਛਾ। ਇਹ ਤੁਹਾਡੇ ਬਜ਼ੁਰਗ ਦੱਸਦੇ ਨੇ ਕਿ ਇਕੱਠੇ ਹੀ ਗਏ ਸਨ? ਇਕੱਠੇ ਜੱਥਾ ਨਾ, ਬੀਬੀਆਂ ਬੰਦੇ ਸਾਰੇ ਇਕੱਠੇ ਇੱਥੋਂ ਤੁਰ ਗਏ ਸਨ। ਅੱਛਾ ਅੱਛਾ। ਤੁਹਾਡੇ ਵਾਲਿਦ ਸਾਹਿਬ ਤੇ ਉਦੋਂ ਵਾਹਵਾ ਉਮਰ ਹੋਣੀ? ਹਾਂਜੀ, ਉਹ ਠੀਕ ਸਨ। ਉਹ ਤੇ ਉਦੋਂ ਠੀਕ ਉਮਰ ਸੀ ਨਾ, ਹਾਂਜੀ ਸ਼ਾਦੀ ਹੋਈ ਸੀ। ਹਾਂਜੀ ਹਾਂਜੀ। ਉਹਨਾਂ ਦਾ ਸਿੱਖ ਸਰਦਾਰਾਂ ਨਾਲ ਆਪਣੀ ਬਰਾਦਰੀ ਨਾਲ ਕਿਸੇ ਘਰ ਨਾਲ ਚੰਗਾ ਹੁੰਦਾ ਨਾ, ਕਿਸੇ ਨਾਲ ਬਹੁਤ ਹੀ ਵਰਤੋਂ, ਬਹੁਤ ਹੀ ਵਰਤੋਂ ਸਾਡੀ ਹੁੰਦੀ ਸੀ। ਉਹ ਕਿਹਦੇ ਨਾਲ ਸੀ? ਸਾਨੂੰ ਦੱਸਦੇ ਸਨ, ਹੀਰਾ ਸਿੰਘਰਾਂ ਨਾਲ ਸੀ। ਹੀਰਾ ਸਿੰਘਰ? ਅੱਛਾ ਅੱਛਾ ਅੱਛਾ। ਹੀਰਾ ਸਿੰਘਰਾਂ ਦੇ ਨਾਲ ਹੁੰਦੀ ਸੀ? ਹੀਰਾ ਸਿੰਘ ਨਾਲ ਚੰਗੀ ਬਾਤ, ਲਾਭ ਸਿੰਘ ਨਾਲ। ਅੱਛਾ ਅੱਛਾ। ਅਤੇ ਨੰਬਰਦਾਰ ਸਾਹਿਬ, ਉਦੋਂ ਉਸ ਜ਼ਮਾਨੇ 'ਚ ਪਿੰਡਾਂ 'ਚ, ਤੁਹਾਡਾ ਤਾਂ ਪਿੰਡ ਖੈਰ ਤੁਸੀਂ ਹੁਣ ਵੀ ਦੱਸਦੇ ਹੋ, ਉਦੋਂ ਵੀ ਦੱਸਦੇ ਹੋ, ਬੜਾ ਪੁਰਅਮਨ ਸੀ ਅਤੇ ਬੜਾ ਅੱਛਾ ਪਿੰਡ ਸੀ। ਹੁੰਦੇ ਨਾ ਪਿੰਡਾਂ 'ਚ ਬੰਦੇ, ਕੋਈ ਸਿੱਖਾਂ 'ਚ ਵੀ ਮੁਸਲਮਾਨਾਂ 'ਚ ਵੀ, ਉਦੋਂ ਡੰਗਰ ਖੋਲਣ ਦੀ ਬੜੀ ਰਿਵਾਜ਼ ਹੁੰਦਾ ਸੀ। ਹਾਂਜੀ।
ਸਾਡੇ ਪਿੰਡ ਦੇ ਵਿੱਚ ਇਹ ਨਹੀਂ ਕੰਮ ਹੋਇਆ। ਅੱਛਾ ਅੱਛਾ, ਸਾਡੇ ਪਿੰਡ ਦੇ ਵਿੱਚ ਭੈੜਾ ਬੰਦਾ ਕੋਈ ਨਹੀਂ ਸੀ, ਚੋਰ ਯਾਰ ਕੋਈ ਨਹੀਂ ਸੀ, ਜਾਨੀ ਕੋਈ ਨਹੀਂ ਸੀ। ਇਹ ਤੁਹਾਨੂੰ ਕੋਈ ਥੋੜ੍ਹਾ ਬਹੁਤਾ ਪਤਾ ਹੈ, ਥੋੜ੍ਹਾ ਜਿਹਾ ਕੋਈ ਇੱਕ ਅੱਧਾ? ਤੁਹਾਡੇ ਘਰ ਦਾ ਤਲਕ ਬੜਾ ਹੀਰਾ ਸਿੰਘ ਨਾਲ ਰਿਹਾ, ਹਾਂਜੀ, ਉਹਨਾਂ ਦੀ ਇੱਥੇ ਕੋਈ ਰਿਸ਼ਤੇਦਾਰੀ ਕਿਹੜੇ ਪਿੰਡ 'ਚ ਸੀ, ਕਿਸੇ 'ਚ ਨੇੜੇ ਕੋਈ ਹੈ ਬਜ਼ੁਰਗਾਂ ਕੋਲ ਸੁਣੀ ਗੱਲ? ਪਤਾ ਤਾਂ ਹੈ ਨਹੀਂ, ਬਾਕੀ ਹੁਣ ਚੇਤਾ ਭੁੱਲ ਗਿਆ। ਅੱਛਾ ਅੱਛਾ, ਚਲੋ ਕੋਈ ਨਹੀਂ ਗੱਲ, ਹੁਣ ਚੇਤਾ ਭੁੱਲ ਗਿਆ। ਮਾੜੀ ਠਾਕਰਾਂ ਤੁਹਾਡੇ ਤੋਂ ਕਿੰਨੇ ਕੁ ਫਾਸਲੇ 'ਤੇ? ਇਹ 10 ਪੈਲੀਆਂ ਨੇ। 10 ਪੈਲੀ, ਇਹ ਸਾਹਮਣਾ ਪੇੜ ਠਾਕਰਾਂ ਦਾ। ਅੱਛਾ ਅੱਛਾ, ਇੱਥੇ ਠਾਕਰ ਰਹਿੰਦੇ ਸਨ। ਅੱਛਾ, ਸਿੱਖ ਨਹੀਂ ਸਨ। ਅੱਛਾ ਅੱਛਾ, ਇੱਥੇ ਖੱਤਰੀ ਲੋਕ ਸਨ, ਉਹਨਾਂ ਦੀਆਂ ਦੁਕਾਨਾਂ ਸਨ, ਠਾਕਰ ਉਹਨਾਂ ਨੂੰ ਆਉਂਦੇ ਸਨ। ਅੱਛਾ ਅੱਛਾ, ਆੜੇ ਪਿੰਡ ਤੁਸੀਂ ਨਾਲ ਆਪਣੇ ਗਣਾਏ ਨੇ ਪੰਜ ਚਾਰ? ਇਹ ਸਾਰੇ ਇੱਥੋਂ ਜਾ ਕੇ ਸੌਦਾ ਜਾ ਕੇ ਲੈਂਦੇ ਸਨ। ਅੱਛਾ, ਉਹ ਇਹਦਾ ਮਤਲਬ ਉੱਥੇ ਦੁਕਾਨਾਂ ਵਾ? ਉੱਥੇ ਦੁਕਾਨਾਂ ਸਨ ਖੱਤਰੀਆਂ ਦੀਆਂ। ਤੁਸੀਂ ਇੱਕ ਦੋ ਪਿੰਡ ਗਣਾਏ ਨੇ, ਇਹ ਵੀ ਸਿੱਖਾਂ ਦੇ ਜਿਹੜੇ ਤੁਹਾਡੇ ਨਾਲ? ਹਾਂਜੀ। ਕਿਹੜਾ ਕਿਹੜਾ ਸਿੱਖਾਂ ਦਾ ਪਿੰਡ? ਖੰਗੋੜਾ ਪਿੰਡ। ਅੱਛਾ ਜੀ, ਕੋਲੀ ਗੁਲ ਮੁਹੰਮਦ। ਅੱਛਾ, ਅਤੇ ਮਾੜੀ ਠਾਕਰਾਂ? ਮਾੜੀ ਠਾਕਰ, ਠੀਕ ਠੀਕ ਠੀਕ, ਇਹ ਸਿੱਖਾਂ ਦੇ ਪਿੰਡ। ਉਹ ਫਿਰ ਤੁਹਾਡੇ ਬਜ਼ੁਰਗ ਉਦੋਂ ਵੱਡੀ ਉਮਰ ਦੇ ਸਨ, ਸਿਆਣੇ ਸਨ? ਹਾਂਜੀ। ਉਹ ਬੜਾ ਵੱਡਾ ਵਾਕਿਆ ਹੋਇਆ ਜਿਹੜਾ ਕਾਮੋ ਕੀ ਗੱਡੀ ਵੱਡਣ ਵਾਲਾ? ਹਾਂਜੀ ਹਾਂਜੀ। ਉਹਦੀ ਕੋਈ ਕਹਾਣੀ ਸੁਣਾਉਂਦੇ ਹਨ, ਕੋਈ ਗੱਲ ਸੁਣਾਉਂਦੇ ਹਨ? ਉਹ ਇਹ ਦੱਸਦੇ ਸਨ ਵੀ ਸਾਡੀ ਗੱਡੀ ਉੱਧਰ ਇੰਡੀਆ ਦੇ ਵਿੱਚ ਮੁਸਲਮਾਨਾਂ ਦੀ ਗੱਡੀ ਸਿੱਖਾਂ ਨੇ ਫੜ ਕੇ ਵੱਢ ਛੱਡੀ, ਇੱਧਰ ਫਿਰ ਕਾਮੋ ਕਿਆਂ ਜਿਹੜੇ ਸਨ ਬੰਦੇ, ਇਹ ਵੀ ਜ਼ੋਰਾਵਰ ਸਨ, ਭਲਵਾਨ ਸਨ, ਇੱਥੇ ਫਿਰ ਹੱਲਾ ਬੋਲਿਆ ਸੀ। ਫਿਰ ਇਹਨੇ ਆਖਿਆ ਸਾਨੂੰ ਗੱਡੀ ਨਹੀਂ ਲੰਘਣ ਦੇਣੀ, ਇਹਨੇ ਫਿਰ ਗੱਡੀ ਇੱਥੇ ਫਿਰ ਵੱਡੀ ਸੀ। ਫਿਰ ਉੱਧਰੋਂ ਅਮਨਾ ਮਾਨ ਹੋਇਆ ਜੀ ਜੀ, ਫਿਰ ਉੱਧਰੋਂ ਸਹੀ ਸਲਾਮ ਸਾਡੇ ਆ ਗਏ ਮੁਸਲਮਾਨ ਵੀ। ਇਸ ਤੋਂ ਬਾਅਦ ਇੱਥੇ ਗੱਡੀ ਜਾਂ ਕੋਈ ਹਿੱਲਾ ਜੁੱਲਾ ਹੋਰ ਕੋਈ ਨਹੀਂ ਹੋਇਆ। ਇਹ ਤੁਹਾਡੇ ਦੁਆਲੇ ਪਿੰਡਾਂ 'ਚ ਤੁਹਾਡੇ ਬਜ਼ੁਰਗਾਂ ਸੁਣਾਇਆ ਕੋਈ 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 ਨਾ ਕੋਈ ਨਹੀਂ? ਅਤੇ ਕਾਮੋ ਕੀ ਵੀ ਜੱਟ ਬਿਰਕ ਰਹਿੰਦੇ ਸਨ? ਉਹ ਜੀ ਕਾਮੋ ਕੀ ਉਸ ਟਾਈਮ ਦੇ ਉੱਤੇ ਅਸੀਂ ਬੱਚੇ ਸਾਂ ਛੋਟੇ। ਹਾਂ, ਸੁਣੀ ਗੱਲ ਤੁਹਾਡੀ। ਹਾਂ, ਉਹ ਤਾਂ ਕਾਮੋ ਕੀ ਬਿਰਕ ਰਹਿੰਦੇ ਸਨ, ਅਤੇ ਗੁੱਜਰ ਵੀ ਰਹਿੰਦੇ ਸਨ। ਅੱਛਾ ਅੱਛਾ, ਸ਼ੇਖ ਰਹਿੰਦੇ ਕਸ਼ਮੀਰੀ। ਅੱਛਾ ਅੱਛਾ ਅੱਛਾ, ਇਹ ਫਿਰ ਉਹ ਗੱਲ ਇਹ ਦੱਸਦੇ ਨੇ ਜਿਹਨਾਂ ਸਾਨੂੰ ਆਖਿਆ ਕਿ ਸਾਡੇ ਪਿੰਡ ਦਾ ਕੋਈ ਜੀ ਸਵਾਏ ਆਉਂਦੇ ਨੇ ਮੇਰੇ ਅੱਬਾ ਜੀ ਤੋਂ, ਉਹਨਾਂ ਦੇ ਪਿਤਾ ਜਿਹੜੇ ਨੇ ਅਮਰ ਸਿੰਘ, ਅਤੇ ਮੇਰੀ ਮਾਤਾ ਤੋਂ ਸਵਾ ਕੋਈ ਬੰਦਾ ਅਪੜਿਆ ਨਹੀਂ। ਇਹ ਪਰਾਂ ਹੋਵੇ, ਕਿਉਂਕਿ ਗੱਲ ਸਾਡੇ ਕੋਲ ਤਾਂ ਸਹੀ ਸਲਾਮਤ ਗਏ ਨੇ। ਅੱਛਾ ਅੱਛਾ ਅੱਛਾ, ਤੁਹਾਡੇ ਕੋਲ ਬਿਲਕੁਲ ਸਾਡੇ ਕੋਲ ਸਹੀ ਸਲਾਮਤ ਗਏ ਨੇ, ਕਿਸੇ ਕੋਈ ਬੱਚੇ ਦਾ ਨੁਕਸਾਨ ਨਹੀਂ ਹੋਇਆ, ਤਾਂ ਕਿ ਵਿਦਿਆ ਕਰਨ ਗਏ ਨੇ ਸਾਰੇ। ਅੱਛਾ, ਵਿਦਿਆ ਕਰਕੇ ਆਏ ਨੇ? ਵਿਦਿਆ ਕਰਕੇ ਆਏ ਨੇ। ਅੱਛਾ ਅੱਛਾ, ਹੁਣ ਇੱਥੇ ਤੁਹਾਡੇ ਪਿੰਡ 'ਚ ਜਿਹੜੇ ਮਾਜਰ ਆਏ ਨੇ? ਹਾਂਜੀ। ਉਹ ਅਰਾਈ ਨੇ? ਜ਼ਿਆਦਾ ਅਰਾਈ ਨੇ ਜੀ, ਕਰਨਾਲ ਦੇ। ਕਰਨਾਲ ਦੇ? ਅੱਛਾ ਅੱਛਾ ਅੱਛਾ, ਉਹਨਾਂ ਨੂੰ ਹੁਣ ਜਿਹਨਾਂ ਉਹ ਉਹਨਾਂ ਜਿਹਨਾਂ ਸਾਨੂੰ ਇਹ ਇੱਥੇ ਘੱਲਿਆ, ਉਹਨਾਂ ਨੂੰ ਤੁਸੀਂ ਪੈਗਾਮ ਦੇਣਾ ਚਾਹੁੰਦੇ ਹੋ ਕਿ ਤੁਸੀਂ ਭਰਾ ਹੋ, ਇੱਥੇ ਰਹੇ ਹੋ, ਸੌ ਬਿਸਮਿਲਾ ਹੋ, ਦੱਸੋ ਉਹਨਾਂ ਨੂੰ? ਬਿਲਕੁਲ, ਅਸੀਂ ਪੁੱਛਦੇ ਹਾਂ, ਅਸੀਂ ਰਹਿੰਦੇ ਹਾਂ ਵੀ ਮੈਂ ਤੁਹਾਨੂੰ ਦੱਸਿਆ ਨਹੀਂ ਵੀ ਮੇਰੀ ਉਹਨਾਂ ਦੀ ਕਾਲ ਕਰਾਓ। ਅੱਛਾ, ਸਾਡੇ ਉਹ ਭਰਾ ਨੇ, ਸੌ ਬਿਸਮਿਲਾ ਅਕਸਰ ਉਹਨਾਂ ਦਾ ਵਤਨ ਸੀ, ਅਤੇ ਸਾਡੇ ਉਹ ਭਰਾ ਲੱਗਦੇ ਨੇ ਆਉਣ, ਠੀਕ, ਕਿਸੇ ਗੱਲ ਦੀ ਕੋਈ ਪਰੇਸ਼ਾਨੀ ਨਹੀਂ ਇੱਥੇ। ਹੋਰ ਕੋਈ ਜਿਹੜੀ ਸਾਡੇ ਲੈ ਖਿਦਮਤ, ਅਸੀਂ ਤਾਬਿਆਦਾਰ। ਬਿਲਕੁਲ ਠੀਕ, ਬਿਲਕੁਲ ਠੀਕ, ਬਿਲਕੁਲ ਠੀਕ। ਉਹ ਆਕਮ ਸਿੰਘ ਜਿਹੜਾ ਹੈ, ਹਾਂਜੀ, ਉਹ ਤੁਸੀਂ ਵੇਖਿਆ ਨੇ ਥੋੜ੍ਹੇ ਥੋੜ੍ਹੇ? ਹਾਂਜੀ, ਥੋੜ੍ਹੇ ਥੋੜ੍ਹੇ ਵੇਖਿਆ। ਉਹ ਫਿਰ ਇਕੱਲੇ ਹੀ ਰਹਿ ਗਏ ਇੱਥੇ? ਹਾਂਜੀ। ਅੱਛਾ ਅੱਛਾ, ਉਹ ਉਹ 4-5 ਸਾਲ ਪਹਿਲਾਂ ਮੁਸਲਮਾਨ ਹੋ ਗਏ? ਹਾਂਜੀ। ਅੱਛਾ ਅੱਛਾ ਅੱਛਾ, ਅਰੋੜਾ ਸਿੰਘ? ਅਰੋੜਾ ਸਿੰਘ ਸੀ ਉਹਨਾਂ ਦਾ ਨਾਮ? ਅਰੋੜਾ ਸਿੰਘ ਸੀ ਉਹਦਾ ਨਾਮ। ਅੱਛਾ ਅੱਛਾ ਅੱਛਾ, ਉਹਨਾਂ ਦਾ ਨਾਮ ਅਰੋੜਾ ਸਿੰਘ ਸੀ, ਅਤੇ ਉਹ ਮੁਸਲਮਾਨ ਹੋ ਗਏ? ਮੁਸਲਮਾਨ ਹੋ ਗਏ, ਪਾਕਿਸਤਾਨ ਬਣਨ ਤੋਂ 4-5 ਸਾਲ। ਹਾਂਜੀ, ਠੀਕ ਹੈ ਠੀਕ ਹੈ ਠੀਕ ਹੈ। ਅਤੇ ਚਲੋ ਜੀ, ਚੋਈ ਸਾਹਿਬ ਕੋਈ ਹੋਰ ਗੱਲ ਯਾਦ ਹੋਵੇ ਤੁਹਾਨੂੰ, ਕੋਈ ਉਸ ਜ਼ਮਾਨੇ ਦੀ ਚੰਗੀ ਗੱਲ ਤੁਹਾਡੇ ਬਜ਼ੁਰਗਾਂ ਸੁਣਾਈ ਹੋਵੇ, ਸੋਹਣੀ ਗੱਲ ਸੁਣਾਈ ਹੋਵੇ? ਜਿਹੜੀਆਂ ਕੋਈ ਗੱਲਾਂ ਹੈ ਸਨ ਨਾ, ਉਹ ਕੀਤੀਆਂ ਨੇ, ਬਣਾਈਆਂ ਨੇ, ਸਾਨੂੰ ਖੁਸ਼ੀ ਹੋਈ ਇਸ ਗੱਲ ਦੀ ਵੀ ਚਲੋ ਸਾਡੇ ਉਹ ਭਰਾ ਸਨ ਜੇ ਉਹਨਾਂ ਸਾਨੂੰ ਯਾਦ ਕੀਤਾ ਹੈ, ਅਤੇ ਅਸੀਂ ਤਾਬਿਆਦਾਰ ਹਾਂ। ਬਿਲਕੁਲ ਠੀਕ, ਸਾਡੀ ਜਿੱਥੇ ਕਿਤੇ ਕੋਈ ਗੱਲ ਐਸੀ ਹੋਵੇ ਸਾਨੂੰ ਫੋਨ ਕਰਕੇ ਮੰਗਾ ਸਕਦੇ ਨੇ, ਠੀਕ ਹੈ, ਕੋਈ ਗੱਲ ਨਹੀਂ, ਆਪਣੇ ਪਿੰਡ ਹੈ ਉਹਨਾਂ ਦਾ ਜੀ, ਠੀਕ, ਦੇਸ਼ ਹੈ ਉਹਨਾਂ ਦਾ, ਠੀਕ ਠੀਕ, ਹਾਂ ਠੀਕ। ਇਹ ਅਮਰ ਰੱਬੋਂ ਇਹ ਕੰਮ ਹੋਇਆ ਜੀ, ਹਾਂ ਜੀ,
ਇਹ ਨਾ ਉਹਨਾਂ ਦੇ ਵਾਸਤੇ ਨਾ ਸਾਡੇ ਵਾਸਤੇ ਜੀ 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 ਬਿਲਕੁਲ ਠੀਕ ਅਤੇ ਹੁਣ ਵੀ ਅੱਲਾ ਚਾਹੀਦੇ ਅਸੀਂ ਹਿੰਮਤ ਮਾਰਨੇ ਪਏ ਕਿ ਪੰਜਾਬ ਸਾਰਾ ਰਲ ਜਾਈਏ ਉਹ ਤਾਂ ਖੈਰ ਜੀ ਲਹਿਦਾ ਲਹਿਦਾ ਮੁਲਕ ਬਣ ਗਏ ਨੇ ਅਤੇ ਉਹਨਾਂ ਆਪਣੀਆਂ ਸਰਹੱਦਾਂ 'ਤੇ ਰਹਿਣਾ ਅਤੇ ਚਲੋ ਪੁਰਾਣਾ ਤਲਕ ਵਾਸਤਾ ਤਾਂ ਹੈ ਹੀ ਹੈ ਅਤੇ ਤੁਸੀਂ ਬੜੀ ਤੁਹਾਡੀ ਮਿਹਰਬਾਨੀ ਬਹੁਤ ਨਵਾਜ਼ਿਸ਼ ਜੀ ਤੁਹਾਡੀ ਅਸਲਾਮ ਵਾਲੇਕੁਮ ਜੀ ਵਾਲੇਕੁਮ ਅਸਲਾਮ।